ਜਿਹੜਾ ਸਿਪਾਈ ਬਣਾਇਆ ਸਿਪਾਹੀਆਂ ਦਾ ਕੰਮ ਕੀ ਹੁੰਦਾ ਸਾਡੇ ਦੇਸ਼ ਦੀ ਮਦਦ ਕਰਨਾ ਉਹ ਜਦ ਵੀ ਤੂੰ ਆਂਦਾ ਇਹੀ ਕਹਿੰਦਾ ਬੜੀ ਲੰਬੀ ਡਿਊਟੀ ਕਰਕੇ ਆਇਆ ਬੜੀ ਲੰਬੀ ਡਿਊਟੀ ਕਰਕੇ ਆਇਆ ਵੀਰੇ ਸੁਣ ਗੱਲ ਤਾਂ ਤੇਰੀ ਵੀ ਸਹੀ ਹੈ ਕਦੇ ਕਦੇ ਮੈਂ ਆਪ ਹੀ ਅੱਕ ਜਾਂਦਾ ਡਿਊਟੀ ਤੋਂ ਅੱਛਾ ਚੱਲ ਛੱਡ ਤੂੰ ਮੇਰਾ ਕੰਮ ਕੀਤਾ ਯੋ ਵੀ ਡਿਊਟੀ ਵਿੱਚ ਬੁਲਾਇਆ ਮੈਂ ਪਤਾ ਕੀਤਾ ਸੀ ਐਤ ਕੀ ਬੋਰਡ ਕੇ ਫਾਰਮ ਭਰੇ ਗਏ ਨੇ ਨਾਲੇ ਨਿਕਲ ਵੀ ਜਾ ਚੁੱਕੇ ਨੇ ਤੂੰ ਦੇਰ ਕਰਤੀ ਕੋਈ ਨੀ ਤੂੰ ਅਗਲੇ ਸਾਲ ਇਮਤਿਹਾਨ ਦੀ ਤਿਆਰੀ ਕਰੀ ਨਾਲੇ ਫਾਰਮ ਭਰ ਦੇ ਚੱਲ ਚੱਲ ਹਰੀ ਸਿੰਘ ਮੇਰੇ ਚਾ ਦਿਓ ਜੀ ਦਿਓ ਅੱਛਾ ਸੁਣ ਹਾਂ ਬੋਲ ਵੀਰੇ ਮੈਂ ਕਹਿ ਰਿਹਾ ਸੀ ਤੂੰ ਵੀ ਪੁਲਿਸ ਚ ਭਰਤੀ ਹੋ ਜਾ ਨਾਲੇ ਨਾਲ ਕੰਮ ਕਰੀ ਨਾਲੇ ਨਾਲ ਪੜ੍ਹਾਈ ਕਰੀ ਚਾਰ ਪੈਸੇ ਹੱਥ ਚ ਤਾਂ ਆਉਣਗੇ ਤੇਰੇ ਸਹੀ ਗੱਲ ਓਹੋ ਵੀਰੇ ਮੈਂ ਸੋਚ ਰਿਹਾ ਪਹਿਲੇ ਮੈਂ ਆਪਣੀ ਪੜ੍ਹਾਈ ਕੰਪਲੀਟ ਕਰ ਲਵਾਂ ਫਿਰ ਬਾਅਦ ਵਿੱਚ ਤੇ ਨੌਕਰੀ ਕਰਨੀ ਹੈ ਪੜ੍ਹਾਈ ਤੋਂ ਕਿੰਨੇ ਰੋਕਿਆ ਤੈਨੂੰ ਪ੍ਰਾਈਵੇਟ ਤੋਂ ਕਰਦਾ ਰਹੀ ਨਾਲੇ ਨਾਲ ਪੜ੍ਹਾਈ ਕਰੇਗਾ ਨਾਲੇ ਨਾਲ ਕੰਮ ਕਰੇਗਾ ਤਰੱਕੀਆਂ ਹੋਣਗੀਆਂ ਤਰੱਕੀਆਂ ਓਹੋ ਵੀਰੇ ਜੇਕਰ ਅਗਰ ਨੌਕਰੀ ਕਰਦਾ ਰਿਹਾ ਨਾ ਤੇ ਸਮਝ ਹੋ ਗਈ ਮੇਰੀ ਪੜ੍ਹਾਈ ਹੋਰ ਵੈਸੇ ਵੀ ਨੌਕਰੀ ਚੱਕਰ ਵਿੱਚ ਇੱਧਰ ਆਇਆ ਸੀ ਦੇਖ ਲਈ ਤਾਂ ਅੰਜਾਮ ਕੀ ਹੋਇਆ ਹੋਰ ਤੈਨੂੰ ਇਹ ਵੀ ਪਤਾ ਮੇਰੀ ਮਾਂ ਨੂੰ ਕਿੰਨਾ ਚਾਹੇਗਾ ਸੀ ਮੇਰੀ ਪੜ੍ਹਾਈ ਦਾ ਹੋਰ ਤੈਨੂੰ ਇਹ ਵੀ ਪਤਾ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਮੈਡਮ ਨੇ ਕੀ ਕਿਹਾ ਸੀ ਪੂਰੇ ਪਿੰਡ ਦੇ ਸਾਹਮਣੇ ਮੇਰੀ ਸ਼ਾਬਾਸ਼ੀ ਕੀਤੀ ਸੀ ਤੇ ਮੈਡਮ ਨੇ ਕਿਹਾ ਸੀ ਕਿ ਇਸ ਪੈਨ ਦੇ ਨਾਲ ਸਾਡਾ ਸਦਬੀ ਪੂਰੀ ਦੁਨੀਆ ਦਾ ਭਵਿੱਖ ਲਿਖੇਗਾ ਪਰ ਅੱਜ ਉਹ ਪੈਨ ਮੇਰੇ ਕੋਲ ਹੈਗਾ ਹੋਰ ਮੈਨੂੰ ਇੱਕ ਗੱਲ ਦੱਸ ਜੇਕਰ ਅਗਰ ਮੈਨੂੰ ਨੌਕਰੀ ਕਰਨੀ ਹੈ ਤੇ ਕਿਉਂ ਨਾ ਮੈਂ ਪੜ੍ਹਾਈ ਲਿਖਾਈ ਕਰਕੇ ਕਰ ਲਵਾਂ ਚੰਗਾ ਬਿਜ਼ਨਸਮੈਨ ਹੀ ਬਣ ਜਾਵਾਂਗਾ ਤਾਨੇ ਤੇਰੀ ਮਾਂ ਜੰਮਣ ਵਾਲੀ ਕਿੰਨੇ ਨੇਕ ਵਿਚਾਰ ਸੀ ਉਹਦੇ ਤੈਨੂੰ ਇੰਨਾ ਚ ਪੜ੍ਹਾਈ ਦਾ ਰੱਬ ਕਰੇ ਤੇਰੇ ਸਾਰੇ ਸੁਪਨੇ ਪੂਰੇ ਹੋਣ ਸਦੀ ਚੱਲ ਚੱਲ ਆ ਕੇ ਤੇਰੀ ਮਾਂ ਨੂੰ ਪੁੱਛਾ ਤੂੰ ਚੱਲ 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 ਫੜੇ ਲੋ ਸ਼ੀਲਾ ਕੀ ਹੋਇਆ ਚਾਚੂ ਇਸ ਦੀ ਮਤ ਮਾਰੀ ਗਈ ਹੈ ਸਟੇਸ਼ਨ ਬਸਤੀ ਦੇ ਮੁਸਟੰਡੇ ਨਾਲ ਇਸ ਨੂੰ ਪੀਲੀ ਕੋਟੀ ਤੇ ਫੜ ਕੇ ਲਾ ਰਿਹਾ ਮੈਂ ਉਹ ਤਾਂ ਕੀ ਹੋਇਆ ਚਾਚਾ ਪੱਥਰ ਸੁੱਟ ਸੁੱਟ ਕੇ ਅਮਰੂਦ ਤੋੜ ਰਹੇ ਸਨ ਉਹ ਚਾਚਾ ਜੇ ਬੱਚਾ ਸ਼ਰਾਰਤਾਂ ਨਹੀਂ ਕਰੇਗਾ ਤਾਂ ਹੋਰ ਕੌਣ ਕਰੇਗਾ ਨਾ ਤੂੰ ਕਰੇਗਾ ਨੌਕਰ ਮਨਾ ਕਰਨ ਬਾਹਰ ਆਇਆ ਤੇ ਖੁਨੋ ਖੁਨੋ ਆਇਆ ਸਨ ਅੱਛਾ ਤੂੰ ਦੱਸ ਕਿੰਨੇ ਪੱਥਰ ਮਾਰੇ ਉਹਨੂੰ ਸਨ ਤੇਰੇ ਓਯੋ ਨਾ ਨਿੰਦਰੋ ਦਾ ਪੁੱਤਰ ਬੜਾ ਹੀ ਕਪੱਤਾ ਮੁੰਡਾ ਹੈ ਸ਼ਰਾਰਤ ਆਪ ਕਰਦਾ ਹੈ ਤੇ ਨਾਮ ਦੂਜੇ ਦਾ ਲਾਂਦਾ ਹੈ ਜੇ ਮੈਨੇ ਉਸ ਤੋਂ ਬਾਅਦ ਇਸ ਨੂੰ ਵੇਖ ਲਿਆ ਨਾ ਤੇ ਸਿੱਧਾ ਪੁਲਿਸ ਕੋਲ ਫੜਾ ਦੇਣਾ ਮੈਨੇ ਸਮਝ ਆ ਗਈ ਤੇਰੇ ਚਾਚਾ ਜੀ ਤੁਹਾਨੂੰ ਕਰੇ ਖਾਣ ਨੂੰ ਨਹੀਂ ਮਿਲਦਾ ਮਾਰ ਬੱਚੇ ਜਾਂਦੇ ਹੋ ਰਹਿਣ ਦੋ ਭੈਣ ਜੀ ਰਹਿਣ ਦੋ ਬੱਚਾ ਹੀ ਹੈ ਬੱਚੇ ਸ਼ਾਦ ਕਰਨਗੇ ਨਾ ਤੂੰ ਵੀ ਧਿਆਨ ਰੱਖੀ ਤੂਫਾਨੀ ਮੁੰਡਾ ਚੱਲ ਚੰਗਾ ਸੁਖਬੀਰ ਚੱਲਦਾ ਚੱਲ ਹਰੀ ਸਿੰਘ ਮੇਰੇ ਧਿਆਨ ਰੱਖੀ ਆਪਣਾ ਚੰਗਾ ਵੀਰੇ ਮੇਰੇ ਭਾਂਜੇ ਦਾ ਵਿਆਹ ਹੈ
चलो तुसी मेरी कुछ मदद करा दियो। मैं बूढ़ा तुहाडा सामान चुका देखियो होया। ओ चंगा चंगा चाचा मैं तेरी मदद करा लेना वा आना। ओ बंटी बंटू इधर आओ छेती आओ चलो इधर आओ चलो इधर आओ सामान चुको। मेरा सामान तो लेकिन गड्डी विच रह गया। तो भैन जी है की है। ओहो मैं भी कमली हो गई हां चलो छेती छेती। सब ऊपर वाला करदा वक्त आएगा ते बच्चे भी सिरे लग जाएंगे रब राखा। चंगा बाबा जी फिर आना। आवांगा फिर। अवले अल्लाह नूर पाया अवले अल्लाह नूर पाया कुरत के सब बंदे। सतबीर सतबीर सशिकाल सर दादा सशिकाल जी। ओ तेरे कोल की ना सी हां फर्स्ट न्यू लेटेस्ट हैगा। एक मिनट देखना पड़ेगा सरदार साहब। हां बंटी इधर चुप रे यार पहले माफी मांग सरदार जी को मांग माफी। माफी केड़ी माफी जी। एक कल तुहाडी कोठी ते पत्थर सुट के अमरूद तोड़ रहा सी। ओ कोई गल नहीं पुत्र अमरूद तो खान वास्ते ने पर पहला उन्होंने पकन दा दे फिर चाहे जिन्ने मर्जी खा ली। सुनन च आई सी तोड़ो कोई बंदा खून खून हो गया। आहो ओ फूलचंद ओ मेरे पुत्र वर्गा है कुछ 15 साल दा सी जदों मेरे पिताजी ने उन्हें काम ते रखिया। बस ओ दिन ते आज दा दिन सारा काम आपे संभाल लैंदा है मैनू ते कदे कुछ करन ही नहीं दिंदा पर जरा काला बंदा है बच्चे ना बच्चा बन के उन्हें अमरूदा का बूटा ला लिया। बस जे कोई उस बूटे नु छेड़ देवे उन्हें तो अग लग जाती है। सरदार साहब तुहाडे कोल कुछ पूछा तो माइंड ते नहीं करोगे। पूछो जी। सरदार साहब तुसी इधर जोधपुर एक्सप्रेस से किसी नु लैन आंदे हो। मैं किन लैन आवांगा भाई। इधर क्यों आंदे हो। मैं तो इतने अपने बचपन दी यादा ताजा करन आंदा। बचपन मैं कुछ समझिया नहीं। इधर आ इत्थे बैठ। गल एनी कह जदों मैं छोटा हुंदा सी ना मैनू ट्रेना देखण दा बड़ा शौक सी। इस पूरी रोड ते साडी कल्ली कोठी हुंदी सी पीले रंग दी। अच्छा ओ पीले रंग दी कोठी तुहाडी ही है। लोकां ने उहदा नां ही पाता पीली कोठी जी। हुण तां इह स्टेशन रोड वी ना मल्ला लगदा पुत्त शाम नूं किन्नी चहल पहल हुंदी है वख वख तरहां दे लोकी रहिंदे ने इधर। पहलां तां इत्थे दरख्तां ते मोर तोते वी नजर आउंदे सी हुण ते दरख्त ही नहीं रहे उन्हां ने की नजर आउणा है। तुसी बड़ा शहर नूं बदलदे हो वेख्या। ऐ कह मैं पूरी दुनिया बदलदे हो देखिया। शायद मैं ही पिछे रह गया जो लभदा लभदा इत्थे तक आ जाना। शायद मेरिया कोई बचपन दी यादां ही मिल जावे। तू कान्ना बंद करो। की होया भैन जी शहर च गोलियां चल गया गोलियां। तुहानूं पता है इत्थे थोड़ी देर च करफ्यू लगन वाला है। जे तुहानूं पता है करफ्यू करके सारियां ट्रेनां कैंसिल हो गईयां ने। छेती छेती दुकानां बंद करो। सरदार जी तुसीं भी अपने घर जाओ। चंगा पुत्तर ख्याल रखे अपना मैं चलदा।
सरदार जी एक मिनट मैं चला जावांगा पुत्तर दसो किधर रहते हो मैं पीली कोठी पर रहना बहन जी मेरे बच्चों का ध्यान रखना हां जी मैं छोड़ के मैं सरदार जी ध्यान ना जाए हरि सिंह मेरे एक मिनट रुक मेरे मैं भी तेरे नाल चला तू बच्चा ते चाचे ने ध्यान रखी मैं छोड़ के आवा रे चल चंगा अपना भी ध्यान रखी ते सरदार साहब का भी ध्यान रखी ध्यान ना जाए तू भी ध्यान रख अपना चलो सरदार जी पापा जान वाले ने मेरे मामा हीरो है हीरो है यार फिल्मा च बच्चा दी बड़ी लोड़ पैंदी है आपा फिल्मा च कम कर दें चलो चलिए नहीं 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 नहीं, नहीं मैं तो दुकानदारी करूंगा बिजनेस 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 ले बिजनेस ए बिजनेस वाले लोग कौन जानते ने पर हीरो हीरोइन नु सारे लोग की जानते ने बेकदर पूरी मैगजीन विच माधुरी दीक्षित दी तस्वीरें ने जा प्रभु देवा दी उधर कितने देख रहा है इधर देख नहीं यार मुंबई मुंबई तो सुन के लगता है जिद्दा विलायत होवे इत्ते के पै पिंड जे है शहर विच जे पैसा कमान होवे ते मुंबई चल मुंबई उत्ते पैसा ही पैसा हैगा वीरे हीरो हिरन ते पूछना इते अमीर होंदे हन आगे पीछे गड्डियां बड़े बड़े बंगले बस पूछना एक बारी देख लेना यार मैं अपनी मां नहीं छड़ना चाहंदा बेचारी साडे वगैरह रोटी भी नहीं खांदी मां मैनू एक गल दस इत्थे आ की तू नहीं जांदा तेरी मां सुपना रहे चंगी तरह इक्की जिंदगी बेचारी चा बना बना के यात्रा ने बुला दिया है फिर तू तो बड़ा मुंडा आएगा मैं तत्ते कहंदे सी ना बिजनेस करके पैसे कमाऊंगा जॉनी वीर जी कहंदे सी बिजनेस करन लई पढ़ाई होनी चाहिए फिर मते पढ़ाई दी लोड हैगा लोड तो हैगा पर तोरी जी है हेलो हाय थैंक यू फाइन किते जा रही हो उदेंद करनी दी बच्चियों प्यारे प्यारे बच्चियों देखो मैं तो की फड़ फड़ ए रोटी है मैं सोचा सारा शहर बंद है